ਆਹ ਦੇਖੋ ਜੀ ਅਸੀਂ ਜਾ ਰਹੇ ਹਾਂ ਬਦਰੀਨਾਥ। ਬਦਰੀਨਾਥ ਆਪਾਂ ਦਰਸ਼ਨ ਕਰੀਏ ਭਈਆ, ਮਾਨਾ ਜਾਣਾ ਮਾਨਾ ਅਤੇ ਆਪਾਂ ਬਦਰੀਨਾਥ ਦਰਸ਼ਨ ਕਰੀਏ। ਆਪਾਂ ਸਿੱਧਾ ਮਾਨਾ ਨਿਕਲਣਾ। ਮਾਨਾ ਵਿੱਚ ਤਿੰਨ ਚਾਰ ਜਗ੍ਹਾ ਹੈਗੀਆਂ ਨੇ ਜਿਹੜੀਆਂ ਬਹੁਤ ਚੰਗੀਆਂ ਨੇ, ਦੇਖਣ ਵਾਲੀਆਂ ਹੈਗੀਆਂ। ਰਾਤੀ ਟੈਂਪਰੇਚਰ ਸੀਗਾ ਮਾਈਨਸ ਵਿੱਚ, 8-9 ਵਜੇ ਟੈਂਪਰੇਚਰ ਸੀਗਾ 1 ਡਿਗਰੀ ਸੈਲਸੀਅਸ, ਅਤੇ ਹੁਣੇ ਹੈਗਾ 5-4 ਡਿਗਰੀ ਹੈਗਾ, ਮੈਂ ਵੇਖਿਆ ਨਹੀਂ। ਅਤੇ ਠੰਡ ਬਥੇਰੀ ਹੈਗੀ ਆ ਅਤੇ ਰੋਡ ਨੂੰ ਇੰਜੋਏ ਕਰੋ, ਉੱਤਰਾਖੰਡ ਨੂੰ ਇੰਜੋਏ ਕਰੋ, ਬਹੁਤ ਬਿਊਟੀਫੁਲ ਹੈਗਾ। ਅਸੀਂ ਇੱਥੋਂ ਦੀ ਬਾਅਦ 'ਚੋਂ ਪਲਾਨ ਬਣਾ ਰਹੇ ਹਾਂ ਕਿ ਆਪਾਂ ਰੀਠਾ ਸਾਹਿਬ ਜਾਈਏ, ਅਤੇ ਰੀਠਾ ਸਾਹਿਬ ਜਿਹੜਾ ਹੈਗਾ ਉਹ 420 ਕਿਲੋਮੀਟਰ ਹੈਗਾ ਇੱਥੋਂ ਦੀ। 420 ਕਿਲੋਮੀਟਰ ਬਹੁਤ ਹੁੰਦਾ, ਅਤੇ ਸ਼ਾਇਦ ਆਪਾਂ ਸਟੇਅ ਲੈ ਕੇ ਜਾਈਏ ਅਤੇ ਸ਼ਾਇਦ ਆਪਾਂ ਨਾ ਵੀ ਜਾਈਏ, ਸਾਨੂੰ ਹਾਲੇ ਪਤਾ ਨਹੀਂ ਹੈ। ਉਹਦੇ ਸਾਡੇ ਸਪੀਡ ਦੇ ਉੱਤੇ ਡਿਪੈਂਡ ਕਰਦਾ। ਆਪਾਂ ਦਿੱਲੀ ਵਿੱਚ ਸੀਗੇ ਅਤੇ ਦਿੱਲੀ ਵਿੱਚ ਟੈਂਪਰੇਚਰ ਸੀਗਾ 48 ਅਤੇ ਆਪਾਂ ਇੱਧਰ ਆ ਗਏ ਅਤੇ ਇੱਧਰ ਹੈਗਾ ਟੈਂਪਰੇਚਰ ਮਾਈਨਸ ਵਿੱਚ। ਅਤੇ ਆ ਦੇਖੋ ਜੀ ਸ਼ਰਧਾਲੂ ਜਾ ਰਹੇ ਨੇ ਕੁਛ ਲੈ ਕੇ। ਬਦਰੀਨਾਥ ਜੀ ਕੇ ਜੇ ਕਹਾਂ ਪਰ ਹੈ ਸੀਧਾ ਨੀਚੇ ਹੈ ਨਾ। ਉੱਤਰਾਖੰਡ ਪੁਲਿਸ ਬਹੁਤ ਅੱਛੀ ਪੁਲਿਸ ਹੈ, ਬਹੁਤ ਬੜੀਆ ਲੋਕ ਹੈ। ਉੱਤਰਾਖੰਡ ਕੇ ਲੋਕ ਵੀ ਅੱਛੇ ਹੈ, ਪੁਲਿਸ ਵੀ ਅੱਛੀ ਹੈ। ਔਰ ਯਹਾਂ ਬਹੁਤ ਸਾਰਾ ਸ਼ਾਪਿੰਗ ਕਾ ਸਮਾਨ ਵੀ ਹੈ, ਦਿੱਲੀ ਕਾ ਹੀ ਸਮਾਨ ਮਿਲ ਰਿਹਾ ਹੈ। ਬੇਟਾ ਉੱਤਰ ਕੇ ਪਏ ਹਮ, ਚੜ੍ਹਾਉਣੀ ਬੜੀ ਮੁਸ਼ਕਿਲ ਹੋ ਜਾਏਗੀ। ਬਦਰੀਨਾਥ ਜੀ ਦਾ ਮੰਦਿਰ ਕਹਾਂ ਪਰ ਕਿੱਥੇ ਜਾ ਕੇ ਮੈਂ ਐਕਚੁਅਲੀ ਮੈਪ ਲਾਇਆ ਸੀ ਮਾਨਾ ਦਾ, ਆਪਾਂ ਬਦਰੀਨਾਥ ਜੀ 'ਤੇ ਜਾਣਾ ਸੀ। ਲੰਚ ਦੀ ਨਾ ਬ੍ਰੇਕਫਾਸਟ ਆਪਾਂ ਇੱਥੇ ਬ੍ਰੇਕਫਾਸਟ ਕਰਾਂਗੇ, ਫਿਰ ਆਪਾਂ ਅੱਗੇ ਨਿਕਲਾਂਗੇ। ਯਹਾਂ ਨਹੀਂ ਆ ਸਕਤੇ ਨਾ, ਕਹਾਂ ਪਾਰਕ ਕਰੋ। ਬ੍ਰੇਕਫਾਸਟ ਨਹੀਂ ਕਰਨਾ ਚਾਹੀਦਾ।